ਤੁਹਾਨੂੰ ਡਾਕਟਰ ਨੇ ਕਹਿਤਾ ਹੈ ਕਿ ਤੁਹਾਡੇ 100% ਬਲੌਕੇਜ ਹੈ। 100% ਬਲੌਕੇਜ ਮਤਲਬ ਕਿ ਬਿਲਕੁਲ ਵੀ ਸਰਕੂਲੇਸ਼ਨ ਨਹੀਂ, ਔਰ ਤੁਹਾਨੂੰ ਤਾਂ ਛਾਤੀ 'ਚ ਦਰਦ ਹੋ ਨਹੀਂ ਰਿਹਾ। ਇਹਦਾ ਮਤਲਬ ਕੀ ਹੈ ਕਿ ਤੁਸੀਂ ਸਾਡੇ ਨੁਸਖਿਆਂ ਨਾਲ ਠੀਕ ਹੋ ਜਾਓਗੇ, ਤੁਹਾਨੂੰ ਬਾਈਪਾਸ ਸਰਜਰੀ ਕਰਾਉਣ ਦੀ ਜਾਂ ਸਟੰਟ ਪਵਾਉਣ ਦੀ ਲੋੜ ਨਹੀਂ ਹੈ। ਤੇ ਡਾਕਟਰ ਤੁਹਾਨੂੰ ਕਹਿੰਦਾ, ਫੇਰ ਵੀ ਕਹੇਗਾ ਸਟੰਟ ਪਵਾ ਲਓ। ਆਪਾਂ ਸਟੰਟ ਪਵਾਉਣਾ ਚਾਹੁੰਦੇ ਹਾਂ ਤਾਂ ਪਵਾ ਲਿਓ, ਮਗਰ ਇਹ ਤੁਹਾਡੇ ਪੈਸੇ ਦੀ ਵੀ ਬਚਤ ਹੈ ਤੇ ਸਰਜਰੀ ਦੀ ਵੀ ਬਚਤ ਹੈ। ਤੁਸੀਂ ਇਹ ਦੇਖੋ ਤਾਂ ਦੋਸਤੋ, ਲਿਖੋ ਇੱਕ ਇਹੋ ਜਿਹਾ ਨੁਸਖਾ ਦੱਸਣ ਵਾਲਾ ਹੈ ਜਿਨ੍ਹਾਂ ਨੂੰ ਇੱਕ ਵਾਰੀ ਅਟੈਕ ਆ ਚੁੱਕਾ ਹੈ ਤੇ ਦੁਬਾਰ ਤੋਂ ਅਟੈਕ ਨਾ ਆਵੇ। ਇਸ ਨੁਸਖੇ ਦਾ ਤੁਸੀਂ ਰੈਗੂਲਰ ਸੇਵਨ ਕਰੋ ਤੇ ਤੁਹਾਨੂੰ ਦੁਬਾਰ ਤੋਂ ਹਾਰਟ ਅਟੈਕ ਨਹੀਂ ਆਊਗਾ। ਚਲੋ ਜੀ, ਇਹਦੇ ਵਾਸਤੇ ਹੁਣ ਸਭ ਤੋਂ ਪਹਿਲਾਂ ਨੁਸਖੇ 'ਚ ਪਏਗਾ ਜੀ ਪੁਸ਼ਕਰ ਮੂਲ, ਉਸ ਤੋਂ ਬਾਅਦ ਧਮਾਸਾ, ਇਹਦੇ ਬਾਅਦ ਤ੍ਰਿਫਲਾ, ਇਸ ਤੋਂ ਬਾਅਦ ਥੋੜ੍ਹੀ ਜਿਹੀ ਪਿਪਲੀ। ਸਾਰੀ 100-100 ਗ੍ਰਾਮ ਲੈ ਲੈਣਾ, ਪਿਪਲੀ ਲੈਣਾ 10 ਗ੍ਰਾਮ। ਉਹਦੇ 'ਚ ਪਾਉਣਾ 100 ਗ੍ਰਾਮ ਸ਼ੁੱਧ ਗੁੱਗਲ ਦਾ ਚੂਰਨ। ਇਹ ਸਾਰੀ ਮਿਕਸ ਕਰਕੇ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਲੈਣੀ ਹੈ ਵੀਰ ਜੀ। ਤੇ ਇਹਦੇ ਨਾਲ ਫਿਰ ਮੈਨੂੰ ਦੱਸਿਓ, ਬਲੌਕੇਜ ਵੀ ਗਾਇਬ ਹੋ ਜੂਗੀ ਤੇ ਹਾਰਟ ਅਟੈਕ ਆਉਣ ਦਾ ਖਤਰਾ ਵੀ ਚੱਲ ਜੂਗਾ। ਰਾਣੀ, ਕਿੰਨੇ ਪਰਸੈਂਟ ਤੱਕ ਦੀ ਬਲੌਕੇਜ ਵਾਲਿਆਂ ਨੂੰ ਮੈਂ ਇਹ ਪੁੱਛਣਾ ਚਾਹੂੰਗਾ ਤੁਹਾਡੇ ਤੋਂ, ਸਟੰਟ ਪਵਾਉਣ ਦੀ ਜਾਂ ਬਾਈਪਾਸ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ? ਇਹ ਇੱਕ ਬਹੁਤ ਵੱਡਾ ਕੁਐਸਚਨ ਪੁੱਛ ਲਿਆ ਸੌਰਵ ਜੀ। ਦੇਖੋ, ਜੇ ਜਿਨ੍ਹਾਂ ਨੂੰ ਹਾਰਟ ਵਾਲ ਦੀ ਪ੍ਰੋਬਲਮ ਰਹਿੰਦੀ ਹੈ ਉਹ ਵੀ ਆਯੁਰਵੈਦਿਕ ਦੇ ਨਾਲ ਠੀਕ ਕਰ ਸਕਦੇ? ਬਿਲਕੁਲ, ਆਯੁਰਵੈਦਿਕ ਚਿਕਿਤਸਾ ਦੇ ਵਿੱਚ ਇਹੋ ਜਿਹੇ ਨੁਸਖੇ ਵੀ ਹੈ ਜਿਹੜੇ ਕਿ ਹਾਰਟ ਵਾਲ ਦੀ ਤੁਹਾਡੀ ਸਰਜਰੀ ਨੂੰ ਬਚਾ ਸਕਦੇ ਹੈ। ਜ਼ਰੂਰਤ ਸਿਰਫ ਇੱਕ ਚੀਜ਼ ਦੀ ਹੈ, ਵਿਸ਼ਵਾਸ, ਟਰਸਟ। ਮਨ ਮੰਨੇ ਤਾਂ, ਜੇ ਮਨ ਮੰਨਦਾ ਹੀ ਸਰਜਰੀ ਵਾਸਤੇ ਪਿਆ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਹਾਰਟ ਦੇ ਪੇਸ਼ੈਂਟ ਲਈ ਵਰਦਾਨ ਸਾਬਤ ਹੋ ਰਹੇ ਨੇ ਡਾਕਟਰ ਅਗਰਵਾਲ ਦੀਆਂ ਆਯੁਰਵੈਦਿਕ ਦਵਾਈਆਂ। ਬਹੁਤ ਸਾਰੇ ਪੇਸ਼ੈਂਟ ਠੀਕ ਹੋ ਰਹੇ ਨੇ, ਬੜੀ ਖੁਸ਼ੀ ਦੀ ਗੱਲ ਹੈ। ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵੀ ਸਾਡੀ ਵੀਡੀਓ ਤੋਂ ਬਾਅਦ ਜਦੋਂ ਸਾਨੂੰ ਲੋਕ ਫੋਨ ਕਰਕੇ ਮੈਸੇਜ ਕਰਕੇ ਦੱਸਦੇ ਨੇ ਵੀ ਅਸੀਂ ਹਾਰਟ ਦੇ ਪੇਸ਼ੈਂਟ ਸੀ, ਸਾਡੀ ਬਲੌਕੇਜ ਠੀਕ ਹੋ ਰਹੀ ਹੈ, ਸਾਡੀ ਧੜਕਣ ਜੋ ਪਹਿਲਾਂ ਘੱਟ ਸੀ ਉਹ ਵੱਧ ਰਹੀ ਹੈ, ਸਿਰਫ ਆਯੁਰਵੈਦਿਕ ਦਵਾਈਆਂ ਦੇ ਨਾਲ। ਇੱਕ ਵਾਰੀ ਫੇਰ ਪਹੁੰਚੇ ਹਾਂ ਡਾਕਟਰ ਅਗਰਵਾਲ ਜੀ ਕੋਲ ਮੋਹਾਲੀ ਦੇ ਵਿੱਚ। ਅੱਜ ਫੇਰ ਗੱਲ ਕਰਾਂਗੇ ਹਾਰਟ ਦੀਆਂ, ਜੋ ਕੁਝ ਪ੍ਰੋਬਲਮਸ ਪਹਿਲਾਂ ਰਹਿ ਗਈਆਂ ਸੀ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਬਹੁਤ ਸਾਰੇ ਲੋਕਾਂ ਨੇ ਸਾਨੂੰ ਸਵਾਲ ਵੀ ਕੀਤੇ ਨੇ ਵੀ ਡਾਕਟਰ ਅਗਰਵਾਲ ਜੀ ਤੋਂ ਇਹ ਕੁਐਸਚਨ ਪੁੱਛ ਕੇ ਦਿਓ, ਇਹ ਪੁੱਛ ਕੋਈ ਦਿਓ, ਇਹ ਪੁੱਛ ਕੇ ਦਿਓ। ਬਹੁਤ ਸਾਰੇ ਕੁਐਸਚਨ ਅੱਜ ਇਕੱਠੇ ਕਰਕੇ ਤੁਹਾਡੇ ਲਈ ਫੇਰ ਲੈ ਕੇ ਆਏ ਹਾਂ। ਵਰਦਾਨ ਸਾਬਤ ਹੋਏਗੀ ਵੀਡੀਓ ਹਾਰਟ ਦੇ ਪੇਸ਼ੈਂਟਸ ਦੇ ਲਈ। ਇੱਕ ਵਾਰੀ ਮੈਂ ਫੇਰ ਕਹਿਣਾ ਚਾਹੂੰਗਾ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਵੀ ਹੈ ਜੋ ਤੁਸੀਂ ਆਯੁਰਵੈਦਿਕ ਜੜੀ ਬੂਟੀਆਂ ਦੱਸੀਆਂ ਉਸ ਦੇ ਨਾਲ। ਤੁਸੀਂ ਵੀ ਦੱਸੋ ਵੀ ਕਿੰਨੇ ਪੇਸ਼ੈਂਟ ਤੁਹਾਡੇ ਕੋਲ ਠੀਕ ਹੋਣ ਤੋਂ ਬਾਅਦ ਆਏ, ਕਿੰਨੇ ਲੋਕਾਂ ਦੇ ਫੋਨ ਆ ਰਹੇ ਨੇ, ਉਹ ਸਾਰੀ ਡਿਟੇਲ ਦੇ ਵਿੱਚ ਦੱਸੋ। ਫੋਨਾਂ ਦੀ ਤਾਂ ਇਹ ਸਮਝੋ ਕਿ ਸੁਣੇ ਨਹੀਂ ਜਾ ਰਹੇ ਤੇ ਰਾਤ ਨੂੰ ਐਂ ਲੱਗਦਾ ਜਿੰਦਾ ਰਾਤ ਨੂੰ ਸੁੱਤੇ ਪਏ ਵੀ ਫੋਨ ਸੁਣੀ ਜਾ ਰਹੇ। ਤੇ ਬਹੁਤ ਲੋਕਾਂ ਦੇ ਸਰਾਹਣਾ ਕੀਤੀ, ਬਹੁਤ ਲੋਕਾਂ ਦੇ, ਕਈ ਡਾਕਟਰਸ ਦੇ ਫੋਨ ਆਏ ਸੌਰਵ ਜੀ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇੱਕਦਮ ਸੱਚਾਈ ਵਾਲੀ ਗੱਲ ਕੀਤੀ ਹੈ। ਸੱਚਾਈ ਇਹ ਕਿ ਇਕੱਲੀ ਸਰਜਰੀ ਹੀ ਕਾਰਗਰ ਨਹੀਂ ਹੈ ਹਾਰਟ ਦੇ ਪੇਸ਼ੈਂਟ ਵਾਸਤੇ। ਕੀ ਕਾਰਗਰ ਹੈ? ਕੁਛ ਇਹੋ ਜਿਹਾ ਲਾਈਫ ਸਟਾਈਲ, ਮਤਲਬ ਕਿ ਸਵੇਰੇ ਜਲਦੀ ਉੱਠਣਾ, ਰਾਤੀ ਜਲਦੀ ਸੌਣਾ, ਖਾਣਾ ਘੱਟ ਖਾਣਾ, ਆਹ ਖਾਣਾ ਆ ਨਹੀਂ ਖਾਣਾ, ਉਹ ਵੀ ਕਾਰਗਰ ਹੈ। ਨਾਲ ਤੇ ਕੁਛ ਜੜੀ ਬੂਟੀਆਂ। ਇਹ ਨਹੀਂ ਹੈ ਹਮੇਸ਼ਾ ਕਿ ਮਹਿੰਗਾ ਇਲਾਜ ਕਰਾ ਕੇ ਆਪਾਂ ਠੀਕ ਹੋਵਾਂਗੇ, ਨਾ ਨਾ ਨਾ। ਇਹ ਨਹੀਂ ਹੈ ਹਮੇਸ਼ਾ ਕਿ ਜਿੰਨੀ ਸ਼ੱਕਰ ਪਾਓਗੇ ਉਨੀ ਚਾਹ ਮਿੱਠੀ ਹੋਊਗੀ, ਨਾ 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 ਨਾ। ਇਹ ਗੱਲ ਝੂਠੀ ਸਾਬਤ ਕਰਤੀ ਆਪਾਂ। ਆਪਾਂ ਤਾਂ 1-2 ਮਹੀਨੇ ਦੇ ਵਿੱਚ ਲੋਕਾਂ ਦੀ ਬਲੌਕੇਜ ਖੋਲ੍ਹਣੀ ਹੈ ਅਤੇ ਲੋਕਾਂ ਦੇ ਓਪਰੇਸ਼ਨ ਬਚਾਉਣੇ, ਲੱਖੋ ਲੱਖ ਰੁਪਇਆ ਬਚਾਉਣਾ ਆਪਾਂ। ਬਸ ਇੱਕੋ ਹੀ ਤਮੰਨਾ ਆਪਣੀ ਕਿ ਸਾਰੇ ਠੀਕ ਹੋਣ ਅਤੇ ਗਲਤ ਨਹੀਂ ਕਰਨਾ ਕਿਸੇ ਨਾਲ। ਦੇਖੋ, ਮੈਂ ਪਹਿਲੀ ਵੀਡੀਓ 'ਚ ਵੀ ਇਹ ਗੱਲ ਕਹੀ ਸੀ ਸੌਰਵ ਜੀ ਕਿ ਜਿਹਨੂੰ ਛਾਤੀ ਦੇ ਦਰਦ ਹੈਗੀ ਹੈ ਉਹ ਪਹਿਲਾਂ ਛਾਤੀ ਦੀ ਦਰਦ ਵਾਸਤੇ ਹੋਸਪਿਟਲ ਜਾਵੇ, ਉੱਥੋਂ ਥੋੜ੍ਹਾ ਜਿਹਾ ਠੀਕ ਹੋਵੇ, ਫਿਰ ਮੇਰੇ ਕੋਲ ਆਵੇ। ਫਿਰ ਵੀ ਕਈ ਛਾਤੀ ਦੇ ਦਰਦ ਵਾਲੇ ਮਰੀਜ਼ ਆਏ ਮਗਰ ਉਹ 60 ਸਾਲ ਤੋਂ ਥੱਲੇ ਸੀਗੇ ਅਤੇ ਉਹਨਾਂ ਨੂੰ ਮੈਂ ਜਿੱਦਾਂ ਕਿ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਕਿ ਕੁਛ ਟ੍ਰਿਕ ਕਰਨੀ ਹੈ ਅਤੇ ਕੁਛ 5 ਮਿੰਟ ਦਾ ਟਾਈਮ ਦੇਣਾ ਮੈਨੂੰ, ਉਹ 5 ਮਿੰਟਾਂ 'ਚ ਉਹਨਾਂ ਦੀ ਛਾਤੀ ਦੀ ਦਰਦ ਵੀ ਠੀਕ ਹੋਈ। ਬਸ ਇਹ ਜਿਹੜੀ ਗੱਲ ਹੈ ਨਾ ਕਿ ਆਪਾਂ ਡਾਇਗਨੋਸ ਕਰਨਾ, ਆਪਾਂ ਪਤਾ ਲਗਾਉਣਾ ਕਿ ਕਿਸ ਕਾਰਨ ਕਰਕੇ ਛਾਤੀ ਦੀ ਦਰਦ ਸੀ। ਜੇ ਇੱਕ ਪੇਸ਼ੈਂਟ ਹੈ 60 ਸਾਲ ਤੋਂ ਉੱਪਰ ਹੈ ਅਤੇ ਉਹਨੂੰ ਡਾਇਬਟੀਜ਼ ਵੀ ਹੈ, BP ਵੀ ਹੈ ਅਤੇ ਉਹਨੂੰ ਹਾਰਟ ਦੀ ਪ੍ਰੋਬਲਮ ਵੀ ਹੈ,
ਤਾਂ ਯਕੀਨਨ ਉਹਨੂੰ ਬਲੋਕੇਜ ਹੋ ਸਕਦੀ ਹੈ। ਜੋ 60 ਸਾਲ ਤੋਂ ਥੱਲੇ ਹੈ ਤਾਂ ਉਹਨੂੰ ਇਕੱਲਾ BP ਹੈ ਅਤੇ ਹੋ ਸਕਦਾ ਉਹਨੂੰ ਹਾਰਟ ਦੀ ਤਕਲੀਫ ਨਾ ਹੋਵੇ, ਹੋ ਸਕਦਾ ਉਹਨੂੰ ਐਲੋਪੈਥਿਕ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਛਾਤੀ 'ਚ ਦਰਦ ਹੋ ਰਹੀ ਹੋਵੇ, ਅਤੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ। ਇਸੇ ਕਰਕੇ ਮੈਂ ਇੱਕ ਮਰੀਜ਼ ਨੂੰ ਹਮੇਸ਼ਾ ਕਹਿੰਦਾ ਕਿ ਇੱਕ ਵਾਰ ਮੇਰੇ ਕੋਲ ਆਓ ਤਾਂ ਕਿ ਮੈਂ ਡਾਇਗਨੋਸ ਕਰਕੇ ਤੁਹਾਨੂੰ ਦੱਸਾਂ। ਇਹ ਜ਼ਰੂਰੀ ਹੈ ਦੱਸਣਾ ਕਿ ਤੁਹਾਨੂੰ ਦਰਦ ਕਿਹਦੇ ਕਰਕੇ ਹੈ, ਫਿਰ ਉਹਦੇ ਹਿਸਾਬ ਨਾਲ ਆਪਾਂ ਡਾਇਟ, ਲਾਈਫ ਸਟਾਈਲ, ਦਵਾਈਆਂ ਦਿੰਦੇ ਹਾਂ ਅਤੇ ਪੇਸ਼ੈਂਟ ਠੀਕ ਹੋ ਜਾਂਦਾ। ਬਹੁਤ ਸਾਰੇ ਸਵਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਕੱਠੇ ਹੋਏ ਨੇ, ਜੋ ਸਾਨੂੰ ਲੋਕ ਕਮੈਂਟ ਕਰਦੇ ਨੇ ਵਾਰ ਵਾਰ, ਪਿਆਰ ਕਰਦੇ ਨੇ ਵੀ ਤੁਸੀਂ ਵੀਡੀਓ ਇਸ ਤਰ੍ਹਾਂ ਦੀ ਬਣਾਉਂਦੇ ਹੋ, ਉਹਦੇ ਵਿੱਚ ਇਸ ਵਾਰ ਸਭ ਤੋਂ ਜੋ ਜ਼ਿਆਦਾ ਸਵਾਲ ਆ ਰਹੇ ਨੇ ਵੀ ਜਿਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਿਆ ਹੈ, ਇੱਕ ਅਟੈਂਪਟ ਹੋ ਚੁੱਕਿਆ ਹੈ, ਉਹ ਡਰ ਰਹੇ ਨੇ ਵੀ ਸਾਨੂੰ ਸੈਕਿੰਡ ਅਟੈਕ ਕਦੇ ਵੀ ਆ ਸਕਦਾ ਹੈ ਜਾਂ ਕਿਤੇ ਜਾਣ ਦਾ ਵੀ ਖਤਰਾ ਹੋ ਸਕਦਾ ਹੈ, ਕੀ ਕੋਈ ਅਜਿਹੀ ਜੜੀ ਬੂਟੀਆਂ ਹੈਗੀਆਂ ਨੇ ਜਿਸ ਦੇ ਨਾਲ ਜਿਨ੍ਹਾਂ ਨੂੰ ਪਹਿਲਾਂ ਇੱਕ ਅਟੈਕ ਆ ਚੁੱਕਿਆ ਹੋਵੇ ਅਗਲਾ ਅਟੈਕ ਨਾ ਆਵੇ, ਜਾਂ ਫਿਰ ਜਿਹੜੇ ਪੇਸ਼ੈਂਟ BP ਦੇ ਨਾਲ ਪਰੇਸ਼ਾਨ ਰਹਿੰਦੇ ਨੇ ਜਾਂ ਜਿਨ੍ਹਾਂ ਨੂੰ ਬਲੋਕੇਜ ਵੀ ਰਹਿੰਦੀ ਹੈ ਵੀ ਉਹ ਹਾਰਟ ਦਾ ਅਟੈਕ ਆਵੇ ਹੀ ਨਾ, ਕਿ ਆਯੁਰਵੈਦਾ ਦੇ ਵਿੱਚ ਕੁਝ ਅਜਿਹਾ ਹੈ? ਬਿਲਕੁਲ ਹੈਗਾ, ਜੇ ਤੁਸੀਂ ਮੰਨੋ ਤਾਂ ਉਹਦੇ ਵਾਸਤੇ ਕੁਝ ਕਰਮ ਕਰਨਾ ਪੈਣਾ ਹੈ। ਕਰਮ ਕੀ ਹੈ? ਰਾਤੀ ਜਲਦੀ ਸੌਣਾ, ਡਾਈਜੈਸ਼ਨ ਨੂੰ ਠੀਕ ਰੱਖਣਾ, ਅਤੇ ਮੁੜ ਕੇ ਬਲੋਕੇਜ ਨਾ ਹੋਵੇ ਇਸ ਕਰਕੇ ਇੱਕ ਆਹਾਰ ਵਿਹਾਰ ਦਾ ਪਾਲਣ ਕਰਨਾ। ਉਹ ਪਾਲਣ ਕੀ ਹੈ? ਸਿੰਪਲ ਲਫ਼ਜ਼ਾਂ ਤੁਹਾਨੂੰ ਸਮਝਾਉਣਾ ਕਿ ਪੇਟ ਭਰ ਕੇ ਖਾਣਾ ਨਹੀਂ ਖਾਣਾ। ਇੱਕ ਆਪਣੀ ਜਨਰਲ ਟੈਂਡੈਂਸੀ ਹੈ ਕਿ ਜਦ ਤੱਕ ਆਪਣਾ ਪੇਟ ਪੂਰਾ ਭਰ ਰਹੇ ਨਾ ਤਦ ਤੱਕ ਆਪਾਂ ਠੂਸੀ ਜਾਂਦੇ ਹਾਂ, ਜਦ ਤੱਕ ਪੂਰਾ ਦਗਾਰ ਨਾ ਬਣ ਜਾਵੇ। ਇਹ ਗੱਲ ਹੈਗੀ ਹੈ ਨਾ ਜੀ? ਔਰ ਇਹੀ ਗੱਲ ਸਭ ਤੋਂ ਵੱਡੀ ਇਸ਼ੂ ਹੈ ਕਿ ਇਹੀ ਬਾਅਦ 'ਚੋਂ ਹਾਰਟ ਔਰ ਡਾਇਬਟੀਜ਼ ਦਾ ਕਾਰਨ ਬਣਦਾ। ਆਪਾਂ ਨੂੰ ਆਯੁਰਵੇਦ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਆਯੁਰਵੇਦ ਕਹਿੰਦਾ ਹੈ ਕਿ ਥੋੜ੍ਹਾ ਘੱਟ ਖਾਓ, ਜਿੰਨੀ ਭੁੱਖ ਲੱਗੀ ਹੈ ਉਨੀ ਉਸ ਤੋਂ ਥੋੜ੍ਹਾ ਘੱਟ ਖਾਓ, ਅਤੇ ਇਹ ਆਪਾਂ ਸੁਣਦੇ ਨਹੀਂ ਹੈ। ਪੇਟ ਦੀ ਤਾਂ ਕਦੀ ਸੁਣਦੇ ਹੀ ਨਹੀਂ ਹੈ, ਜੀਭ ਦੀ ਸੁਣਦੇ ਹਾਂ। ਆਹ 2 ਇੰਚ 2.5 ਇੰਚ ਦੀ ਜੀਭ ਨੇ ਪੂਰਾ ਸਰੀਰ ਕੰਟਰੋਲ ਕੀਤਾ ਹੋਇਆ ਮੇਰੇ ਖਿਆਲ ਨਾਲ, ਅਤੇ ਪੰਜਾਬੀ ਤਾਂ ਕੁਝ ਜ਼ਿਆਦਾ ਹੀ ਖਾਂਦੇ ਨੇ ਤੁਹਾਨੂੰ ਪਤਾ ਹੀ ਹੈ। ਅਤੇ ਇਹ ਕਰਕੇ ਕਹੂੰਗਾ ਕਿ ਥੋੜ੍ਹਾ ਜਿਹਾ ਲਾਈਫ ਸਟਾਈਲ ਸੁਧਾਰੋ ਆਪਣਾ। ਅਤੇ ਇੱਕ ਨੁਸਖਾ ਮੈਂ ਤੁਹਾਨੂੰ ਦੱਸਣ ਜਾ ਰਿਹਾ, ਉਹ ਨੁਸਖਾ ਜ਼ਰੂਰ ਖਾਇਓ। ਰੋਟੀ ਖਾਣ ਤੋਂ ਪਹਿਲਾਂ ਵੀ ਖਾ ਸਕਦੇ ਹੋ, ਬਾਅਦ 'ਚ ਵੀ ਖਾ ਸਕਦੇ ਹੋ। ਆਪਾਂ ਡਾਈਜੈਸ਼ਨ ਸੁਧਾਰਨਾ ਹੈ ਅਤੇ ਬਲੋਕੇਜ ਨਹੀਂ ਹੁੰਦੇ ਨਹੀਂ, ਅਤੇ ਥੋੜ੍ਹੀ ਦੇਰ 'ਚ ਮੈਂ ਤੁਹਾਨੂੰ ਇੱਕ ਬਲੋਕੇਜ ਦਾ ਇੱਕ ਹੋਰ ਨੁਸਖਾ ਦੱਸਾਂਗਾ, ਉਹ ਵੀ ਆਪਾਂ ਇਸਤੇਮਾਲ ਕਰਨਾ ਹੈ ਰੈਗੂਲਰ। ਇਹ ਕਰਨ ਦੇ ਬਾਅਦ ਡੈਫੀਨੇਟਲੀ ਤੁਹਾਡੀ ਬਲੋਕੇਜ ਦੁਆਰ ਤੋਂ ਹੋਏਗੀ ਵੀ ਨਹੀਂ, ਜੇ ਹੋਈ ਤਾਂ ਗਾਇਬ ਹੋ ਜਾਏਗੀ। ਅਤੇ ਕਈ ਹਾਰਟ ਦੇ ਮਰੀਜ਼ ਜਿਹਨਾਂ ਨੂੰ ਇੱਕ ਵਾਰੀ ਅਟੈਕ ਆ ਚੁੱਕਾ, ਦੁਆਰ ਤੋਂ ਅਟੈਕ ਨਹੀਂ ਆਊਗਾ ਵੀਰ ਜੀ। ਆਪਾਂ ਇਹ ਕੰਮ ਕਰਨਾ ਹੈ ਜਿਹਦੇ 'ਚ ਤੁਹਾਡੇ ਲੱਖਾਂ ਰੁਪਏ ਦੀ ਸੇਵਿੰਗ ਵੀ ਹੋਵੇ ਅਤੇ ਜਾਨ ਜਿਹੜੀ ਸਭ ਤੋਂ ਵੱਡੀ ਕੀਮਤੀ ਹੈ ਜਿਹੜੇ ਕਿ ਆਪਾਂ ਮੰਨਦੇ ਨਹੀਂ ਹੈ। ਤਾਂ ਦੋਸਤੋ, ਲਿਖੋ ਇੱਕ ਇਹੋ ਜਿਹਾ ਨੁਸਖਾ ਦੱਸਣ ਵਾਲਾ ਹੈ ਜਿਹਨਾਂ ਨੂੰ ਇੱਕ ਵਾਰੀ ਅਟੈਕ ਆ ਚੁੱਕਾ ਹੈ ਅਤੇ ਦੁਆਰ ਤੋਂ ਅਟੈਕ ਨਾ ਆਵੇ। ਇਸ ਨੁਸਖੇ ਦਾ ਤੁਸੀਂ ਰੈਗੂਲਰ ਸੇਵਨ ਕਰੋ ਅਤੇ ਤੁਹਾਨੂੰ ਦੁਆਰ ਤੋਂ ਹਾਰਟ ਅਟੈਕ ਨਹੀਂ ਆਊਗਾ। ਇਹ ਸਭ ਤੋਂ ਵੱਡੀ ਗੱਲ ਹੈ। ਆਪਾਂ ਢੇਰੋ ਢੇਰ ਅੰਗਰੇਜ਼ੀ ਦਵਾਈਆਂ ਖਾ ਰਹੇ ਹਾਂ, ਬਟ ਉਹਦੇ ਨਾਲ ਫਰਕ ਤਾਂ ਪੈ ਨਹੀਂ ਰਿਹਾ ਕੋਈ। ਬਲੋਕੇਜ ਵੀ ਦੁਆਰ ਤੋਂ ਹੋ ਜਾਂਦੀ, ਅਟੈਕ ਵੀ ਦੁਆਰ ਤੋਂ ਹੁੰਦਾ। ਤੁਸੀਂ 2-3 ਮਹੀਨੇ ਇਹ ਨੁਸਖਾ ਵੀ ਇਸਤੇਮਾਲ ਕਰਕੇ ਦੱਸਿਓ, ਫਿਰ ਮੈਨੂੰ ਦੱਸਿਓ ਫੋਨ ਕਰਕੇ ਕਿ ਕਿੱਦਾਂ ਕੁ ਫਰਕ ਪਿਆ। ਇਹ ਸਭ ਤੋਂ ਵੱਡੀ ਗੱਲ ਹੈ, ਫੋਨ ਕਰਕੇ ਇੰਟੀਮੇਟ ਕਰਨਾ। ਚਲੋ ਜੀ, ਇਹਦੇ ਵਾਸਤੇ ਹੁਣ ਸਭ ਤੋਂ ਪਹਿਲਾਂ ਨੁਸਖੇ 'ਚ ਪਏਗਾ ਜੀ ਪੁਸ਼ਕਰ ਮੂਲ, ਉਸ ਤੋਂ ਬਾਅਦ ਧਮਾਸਾ, ਇਹਦੇ ਬਾਅਦ ਤ੍ਰਿਫਲਾ, ਇਸ ਤੋਂ ਬਾਅਦ ਥੋੜ੍ਹੀ ਜਿਹੀ ਪਿਪਲੀ। ਸਾਰੀ 100-100 ਗ੍ਰਾਮ ਲੈ ਲੈਣਾ, ਪਿਪਲੀ ਲੈਣਾ 10 ਗ੍ਰਾਮ। ਉਹਦੇ 'ਚ ਪਾਉਣਾ 100 ਗ੍ਰਾਮ ਸ਼ੁੱਧ ਗੁੱਗਲ ਦਾ ਚੂਰਨ। ਇਹ ਸਾਰੀ ਮਿਕਸ ਕਰਕੇ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਲੈਣੀ ਹੈ ਵੀਰ ਜੀ। ਅਤੇ ਇਹਦੇ ਨਾਲ ਫਿਰ ਮੈਨੂੰ ਦੱਸਿਓ, ਬਲੋਕੇਜ ਵੀ ਗਾਇਬ ਹੋ ਜੂਗੀ ਅਤੇ ਹਾਰਟ ਅਟੈਕ ਆਉਣ ਦਾ ਖਤਰਾ ਵੀ ਚੱਲ ਜੂਗਾ। ਡਾਕਟਰ ਸਾਹਿਬ, ਇੱਕ ਹਾਰਟ ਦੇ ਵਿੱਚ ਹਾਰਟ ਬਾਲ ਕਰਕੇ ਕੋਈ ਦਿੱਕਤ ਹੁੰਦੀ ਹੈ, ਬਹੁਤ ਸਾਰੇ ਪੇਸ਼ੈਂਟ ਜਿਹੜੇ ਉਹ ਵੀ ਪੁੱਛ ਰਹੇ ਸੀ ਵੀ ਹਾਰਟ ਦਾ ਬਾਲ ਵੀ ਕੋਈ ਆਯੁਰਵੈਦਿਕ ਦਵਾਈਆਂ ਦੇ ਨਾਲ ਕਿਉਂ ਕੀਤਾ ਜਾ ਸਕਦਾ? ਜੀ ਹਾਂ ਦੋਸਤੋ, ਇਹ ਇੱਕ ਬੜਾ ਵੱਡਾ ਕੁਸ਼ਚਨ ਹੈ ਅਤੇ ਮੇਰੇ ਖਿਆਲ ਨਾਲ ਜਿਹੜਾ ਵੀ ਵਾਲ ਦਾ ਪੇਸ਼ੈਂਟ ਹੁੰਦਾ ਹੈ ਉਹਨੂੰ ਆਪਰੇਸ਼ਨ ਵਾਸਤੇ ਤਾਂ ਕਿਹਾ ਹੀ ਜਾਂਦਾ ਕਿ ਵਾਲ ਚੇਂਜ ਕਰਨੇ ਪੈਣਗੇ। ਅਤੇ ਜਿਹੜੇ ਛੋਟੇ ਬੱਚੂ ਜਨਮਾਂਦਰੂ ਜਿਨ੍ਹਾਂ ਨੂੰ ਇਹ ਤਕਲੀਫ ਹੈ, ਤਾਂ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੂੰਗਾ ਸਰ ਜੀ, ਸ਼ਾਇਦ ਉਹਨਾਂ ਨੂੰ ਆਪਰੇਸ਼ਨ ਹੀ ਕਰਾਉਣਾ ਪਵੇ, ਕਿਉਂਕਿ ਜਨਮਾਂਦਰੂ ਡਿਫੈਕਟਸ ਜਿਹੜੇ ਠੀਕ ਹੋਣੇ ਥੋੜ੍ਹੇ ਮੁਸ਼ਕਿਲ ਹੁੰਦੇ ਆ। ਅਤੇ ਬਟ ਜਿਹੜੇ ਕਿ ਓਲਡ ਏਜ ਵਾਲੇ ਪਰਸਨ ਹੈ, 30-40 ਸਾਲ ਹੈ, 50-60 ਸਾਲ ਹੈ, ਹੁਣ ਥੋੜ੍ਹੇ ਦਿਨ ਦੀ ਪਹਿਲਾਂ ਦੀ ਗੱਲ ਹੈ, ਇੱਕ ਮਾਤਾ ਜੀ ਮੇਰੇ ਕੋਲ ਆਏ ਨੇ ਅਤੇ ਉਹਨਾਂ ਨੂੰ ਹਾਰਟ ਵਾਲਵ ਰਿਪਲੇਸਮੈਂਟ ਸਰਜਰੀ ਕਹੀ ਗਈ। ਉਹਨਾਂ ਨੂੰ ਮੈਂ ਕਿਹਾ ਕਿ 15 ਦਿਨ ਤੁਸੀਂ ਮੇਰੀ ਦਵਾਈ ਦੇ ਲੈ ਕੇ ਦੇਖੋ ਅਤੇ ਤੁਹਾਨੂੰ ਫਰਕ ਦਿਖੂਗਾ। ਫਰਕ ਕੀ ਦਿਖੂ? ਇਹਦੇ 'ਚ 2 ਹੀ ਪ੍ਰੋਬਲਮ ਆਉਂਦੀਆਂ। ਜਦੋਂ ਆਪਾਂ ਚੱਲਦੇ ਹਾਂ ਤਾਂ ਸਾਹ ਚੜ੍ਹਦਾ,
ते नाल थोड़े जे कदी कदी पैर सुजदे कई लोगों के। ते तुसी 15 दिन च देखो माता जी दे द्वार तो फोन आया कि बेटा मैं तो बहुत ठीक है, ना साह चढ़ रहा है ना पैर सुजे इस बारी। ते पहली बार इदा होया 2 साल च, 2 साल पहला दी सर्जरी दसी। इस सर्जरी ज्यादा इंपोर्टेंट भी नहीं है कहिंदे, मगर कईआं नूं करानी पैंदी है। बट इहदे च आयुर्वेद की है कि आपां जड़ तो डिजीज नूं फड़ीए। मैं माता जी दी नाड़ी देखी तो उन्होंने समझाया कि तुहाडी मैनूं इह तकलीफ वायु की लगती है, तो मैं सिर्फ वायु का इलाज किया। तो उहदे नाल माता जी नूं 15 दिन च ही फर्क पैना शुरू हो गया। यानी कि जिन्हां नूं हार्ट वाल की प्रॉब्लम रहिंदी है वह भी आयुर्वेदिक दे नाल ठीक कर सकदे। बिल्कुल, आयुर्वेदिक चिकित्सा दे विच इह जे नुस्खे भी है जिहड़े कि हार्ट वाल की तुहाडी सर्जरी नूं बचा सकते हैं। जरूरत सिर्फ एक चीज की है, विश्वास जी। ट्रस्ट, मन मने ता। जे मन मनदे ही सर्जरी वास्ते पिया तां आपां कुछ नहीं कर सकते, आ गल मेजर है। की ओ तुसी जड़ी बूटियां साडे दर्शकां नूं दस सकदे हो वी जिहड़े हार्ट वाल नूं वी ऑपरेट करवाण तों रोक सकन? तो लिखो दोस्तों, ये नुस्खा मैं कहूंगा कि बेसिकली वायु नूं ठीक करदा है। तो सब तो पहला आपां इहदे वास्ते एक लवांगे सफेद जीरा, अजवाइन, इसते नाल पेगा त्रिकटू, सौंठ, मिर्च, पीपल, तीनों दा मिश्रण होंदा त्रिकटू। ते इहदे विच सम मात्रा पेगा सज्जी छार, ते इन्हां सारां नूं मिला के इकट्ठा कर लो। इसे सेम ग्राम दा हरड़ पाना, जे 40 ग्राम हो गए तो 40 ग्राम हरड़ विच पा दिओ। ते सवेरे शाम एक एक पौना पौना चम्मच रोटी खाण तों बाद च लै लिओ, इहदे नाल बहुत फर्क पेगा। इस ते बाद एक चीज होर जड़ी जरूरी है, वो है अर्जुन की छाल। कई पेशेंट ने कहा कल्ली अर्जुन की छाल च फर्क पैंदा, नहीं, डाइजेशन भी सुधारना पड़ेगा ते होर भी प्रॉब्लम ठीक करनी पड़ेगी। वायु की प्रॉब्लम जड़ी है नुस्खे नाल ठीक होएगी। उस ते बाद बाकी चीजा, अर्जुन की छाल तो आपां जड़ी रहनी है रात नूं भिगोनी है, सवेरे उठ के उबालनी है। अगर सर्दी का मौसम है, अजकल जिंदा चल रहा है, सर्दी दे विच असीं कहिंदे दुध पा के उबालो, चाह बना के पियो। ते नॉर्मल जड़ी चाह पी रहे आपां ज्यादा, वह घटाओ। ये सब तो वड्डी गल है। चाह पी के वायु बनती है, वायु उपर प्रेशर पाती हार्ट ते, तुहानू लगता जी साह चढ़ रहा, वाल खराब हो रहा जां ब्लॉकेज हो रही है, वो चाह नहीं तो काम खराब किया होया। उस करके DSR खानी पैंदी है। फिर DSR की करती है, कब्जी करती है, कब्ज करती है, तो नाल वेट भी वधाउंदी है। फिर आप एक दवाइया के जंगजाल च फस जाने कि यह खावे तो जिंदा रहोंगे, खावे जा जिंदा रहोंगे, आप उदो नहीं सोचते। मेरा एक साफ स्पष्ट एक लफ्ज है तुहानू सारयां नूं, आपां सिर्फ अगर नियमित तौर पर एक पेट अपना साफ हुंदा रहे, तो खाली पेट आपां आंवला खा लईए। अजकल सर्दी का मौसम है, आंवला सारी जगह अवेलेबल है, तो उहदे नाल तुहाडा डाइजेशन भी दुरुस्त रहेगा तो पेट भी ठीक रहेगा। एक क्योंकि आंवले च 5 रस है, 5 दे 5 रस अंदर जाते हैं तो तुहानू रीजुविनेट करते हैं। साढ़े च्यवनप्राश जिहड़ा बनाया गया सी उहदा बेसिक तत्व की है आंवला। आंवला खा के तुसी यौवन नूं प्राप्त करदे हो, तुसी यंग रहोगे, यंग रहोगे मतलब निरोगी रहोगे। तो इस करके सब तो वड्डा रसायन आंवला कहा गया। तो इस करके आंवले का सेवन करना बहुत जरूरी है। सौरभ जी, अजकल बहुत ज़्यादा मरीज मेरे को घबराहट दे आ रहे हैं, कहिंदे ठंड हैगी है, ठंड दे विच तरेलियां आ रही हैं, पसीना आ रहा है, पक्खा चला दो जी। एक की है, एक वार्निंग साइंस है, एक BP वधन दे, एक हार्ट की प्रॉब्लम होंदे, ते एक घबराहट स्पेशली फीमेल्स नूं ज़्यादा हो रही है। एक कह सकते हैं पोस्ट मीनोपॉजल, मतलब 45 साल तो बाद जिहड़ी लेडीज होंदी है, जिहड़ी कि समझ लो महीना बंद होने करके जिहड़ी प्रॉब्लम होंदी है उहदे करके होंदी है। ते अगर मेल्स नूं आवे उहदा कोई होर कारण भी हो सकदा है, वह आपां नूं इवैल्यूएट करना पएगा, देखना पएगा, पेशेंट देख के पता चलूगा कि की दिक्कत है। ते इहदे विच मैं कहना चाहूँगा दोस्तों कि तुसी आप एक नुस्खे का सेवन करो, इस नुस्खे दे नाल तुहाडी घबराहट ठीक हो जाएगी, तरेलियां आनियां ठीक हो जाएगियां। बड़ा सिंपल जिहा नुस्खा है, घर च मिलता है, दो चीज़ां मिलानियां की है, पहला तो जवाहर मोहरा पिश्ती ते थोड़ा जिहा मिठा सोडा। जिन्नी जवाहर मोहरा पाओगे उन्नी मिठा सोडा पा के बना लेना, रला के रख लेना, उन्हें गुलकंद दे विच खाना है। की हो रही, गर्मी वध रही है, तरेलियां आ रही हैं, तो आपां नूं ठंडी दवाई देनी पैनी है। ठंडी दवाई देने वास्ते आ नुस्खा इस्तेमाल करो, तुसी अद्धा चम्मच सवेरे शाम इहदा गुलकंद दे विच मिला के लैना है। गुलकंद उही जिहड़ा रोज़ पैटल्स नाल बनया हुंदा है, देसी गुलाबां नाल बनया होया गुलकंद खाणा है आपां। इहदे नाल तुहाडी जिहड़ी गर्मी वधी है शरीर दी, उह वी ठीक होगी, घबराहट भी ठीक होएगा। ते इहदे विच इक होर चीज़
ਅਸੀਂ ਦਿੰਦੇ ਹਾਂ ਜਿਨ੍ਹਾਂ ਨੂੰ ਦਿਲ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ, ਕਈ ਲੋਕਾਂ ਨੂੰ ਦਿਲ ਦੀ ਪ੍ਰੋਬਲਮ ਵਾਸਤੇ ਘਬਰਾਹਟ ਹੁੰਦੀ ਹੈ, ਉਹਦੇ ਵਾਸਤੇ ਇੱਕ ਹੋਰ ਨੁਸਖਾ ਮੈਂ ਤੁਹਾਨੂੰ ਦੱਸਦਾ। ਇੱਕ ਲਾਸਟ ਵੀਡੀਓ 'ਚ ਵੀ ਤੁਸੀਂ ਦੱਸਿਆ ਸੀ ਵੀ ਜਿਹੜੇ ਹਾਰਟ ਦੇ ਰੋਗੀ ਹੁੰਦੇ ਨੇ ਵੀ ਉਹਨਾਂ ਨੂੰ ਸਭ ਨੂੰ ਕੋਈ ਜ਼ਰੂਰੀ ਨਹੀਂ ਹੈ ਵੀ ਸਟੈਂਟ ਪਵਾਉਣਾ ਜਾਂ ਬਾਈਪਾਸ ਸਰਜਰੀ ਕਰਾਉਣੀ। ਕਿੰਨੇ ਪਰਸੈਂਟ ਤੱਕ ਦੀ ਬਲੋਕੇਜ ਵਾਲਿਆਂ ਨੂੰ, ਮੈਂ ਇਹ ਪੁੱਛਣਾ ਚਾਹੂੰਗਾ ਤੁਹਾਡੇ ਤੋਂ, ਸਟੈਂਟ ਪਵਾਉਣ ਦੀ ਜਾਂ ਬਾਈਪਾਸ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ? ਇਹ ਇੱਕ ਬਹੁਤ ਵੱਡਾ ਕੁਐਸਚਨ ਪੁੱਛ ਲਿਆ ਸੌਰਵ ਜੀ। ਦੇਖੋ, ਜੇ ਤੁਹਾਨੂੰ ਡਾਕਟਰ ਨੇ ਕਹਿਤਾ ਹੈ ਕਿ ਤੁਹਾਡੇ 100% ਬਲੋਕੇਜ ਹੈ, 100% ਬਲੋਕੇਜ ਮਤਲਬ ਕਿ ਬਿਲਕੁਲ ਵੀ ਸਰਕੂਲੇਸ਼ਨ ਨਹੀਂ, ਔਰ ਤੁਹਾਨੂੰ ਤਾਂ ਛਾਤੀ 'ਚ ਦਰਦ ਹੋ ਨਹੀਂ ਰਿਹਾ, ਇਹਦਾ ਮਤਲਬ ਕੀ ਹੈ ਕਿ ਤੁਸੀਂ ਸਾਡੇ ਨੁਸਖਿਆਂ ਨਾਲ ਠੀਕ ਹੋ ਜਾਓਗੇ, ਤੁਹਾਨੂੰ ਬਾਈਪਾਸ ਸਰਜਰੀ ਕਰਾਉਣ ਦੀ ਜਾਂ ਸਟੰਟ ਪਵਾਉਣ ਦੀ ਲੋੜ ਨਹੀਂ ਹੈ। ਜੇ ਦਰਦ ਨਹੀਂ ਹੋ ਰਿਹਾ ਤਾਂ ਉਹਦਾ ਵੀ ਕਾਰਨ ਦੱਸਦਾ ਤੁਹਾਨੂੰ ਕਿਉਂ, ਮਗਰ ਅਗਰ ਦਰਦ ਹੋ ਰਿਹਾ ਤਾਂ ਉਹਦਾ ਇਲਾਜ ਵੀ ਕਰਾਉਣਾ ਜ਼ਰੂਰੀ ਹੈ। ਆਪਾਂ ਨੂੰ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਯੁਰਵੈਦਿਕ ਇਲਾਜ ਕਰਾਓ ਜਾਂ ਐਲੋਪੈਥਿਕ ਕਰਾਓ, ਆਪਾਂ ਨੂੰ ਤਾਂ ਤੁਹਾਨੂੰ ਠੀਕ ਦੇਖਣਾ ਹੈ, ਸੱਚਾਈ ਦਾ ਸਾਥ ਦੇਣਾ ਹੈ, ਸੱਚਾਈ ਸੱਚਾਈ ਨਾਲ ਹੀ ਟ੍ਰੀਟਮੈਂਟ ਹੁੰਦੇ ਨੇ ਔਰ ਉਹਦੇ ਨਾਲ ਹੀ ਆਪਾਂ ਚੱਲਣਾ। ਜੇ ਤੁਹਾਨੂੰ ਦਰਦ ਨਹੀਂ ਹੈ ਤਾਂ ਤੁਹਾਨੂੰ ਦੱਸੇ ਗਏ ਨੁਸਖੇ ਜਿਹੜੇ ਦੱਸੇ ਆ ਮੈਂ ਇਸੇ ਵੀਡੀਓ 'ਚ ਤੁਹਾਨੂੰ ਹੁਣੀ ਥੋੜ੍ਹੀ ਦੇਰ ਪਹਿਲਾਂ, ਉਹ ਨੁਸਖੇ ਉਪਯੋਗ ਕਰੋ, ਡੈਫੀਨੇਟਲੀ ਮਹੀਨੇ ਡੇਢ ਦੇ ਮਹੀਨੇ ਵਿੱਚ ਤੁਹਾਨੂੰ ਫਰਕ ਪਏਗਾ। ਫਿਰ ਮੈਨੂੰ ਤੁਸੀਂ ਕੀ ਕਰਨਾ, ਫੋਨ ਕਰਕੇ, ਹਾਂ ਫੋਨ ਕਰਕੇ ਜ਼ਰੂਰ ਫੀਡਬੈਕ ਦੇਣਾ ਕਿ ਕਿੱਦਾਂ ਠੀਕ ਹੋਇਆ ਏਡੀ 100% ਬਲੋਕੇਜ। ਅੱਜ ਵੀ ਸਵੇਰੇ ਮੇਰੇ ਕੋਲ ਇੱਕ ਪੇਸ਼ੈਂਟ ਆਇਆ, 100% ਬਲੋਕੇਜ ਹੈ, ਮੇਰੇ ਕੋਲ ਠੀਕ ਬੈਠਾ ਜੀ, ਮੈਨੂੰ ਕੋਈ ਦਰਦ ਨਹੀਂ। ਮੈਨੂੰ ਕਹਿੰਦਾ ਥੋੜ੍ਹੀ ਥੋੜ੍ਹੀ ਦਰਦ ਹੋਣ ਲੱਗੀ ਹੈ। ਮੈਂ ਕਿਹਾ 5 ਮਿੰਟ ਚਾਹੀਦੇ ਤੁਹਾਡੇ, 5 ਮਿੰਟ। ਉਹਨਾਂ ਦੇ ਨਾ ਹੱਥ ਪੈਰ ਵੀ ਨੀਲੇ ਪੈ ਰਹੇ ਸੀਗੇ ਅਤੇ ਉਹਨਾਂ ਦੀ EF ਘੱਟ ਗਈ ਸੀ ਕਾਫੀ, ਮਤਲਬ ਕਿ ਹਾਰਟ ਦਾ ਪੰਪਿੰਗ ਰੇਟ ਜਿਹੜਾ ਹੈ 20-25% ਰਹਿ ਗਿਆ ਸੀ ਅਤੇ ਉਹਨਾਂ ਨੂੰ ਦੱਸਿਆ ਸੀ ਕਿ ਦੁਆਰ ਤੋਂ ਬਾਈਪਾਸ ਕਰਨਾ ਹੀ ਪੈਣਾ। ਉਹਨਾਂ ਦਾ ਇੱਕ ਬਾਈਪਾਸ ਹੋ ਚੁੱਕਾ 2014-15 ਦੇ ਵਿੱਚ। ਅੱਜ ਮੈਂ ਉਹਨਾਂ ਨੂੰ ਸਿਰਫ 5 ਮਿੰਟ ਵਰਕਆਊਟ ਕੀਤਾ ਕਿ ਜਿਹੜੀ ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਕਿ ਆਹ ਕੂਹਣੀ ਦੇ ਕੋਲ ਦਬਾਉਣਾ ਹੈ ਅਤੇ ਇੱਕ ਚੂਰਨ ਖਿਲਾਇਆ, ਉਹਨਾਂ ਦੇ ਨਾਲ ਉਹਨਾਂ ਦੇ ਹੱਥ ਪੈਰ ਨੀਲੇ ਹੋਣੇ ਬੰਦ ਹੋ ਗਏ। ਜਿਹੜੀ ਪਲਸ ਰੇਟ 150 ਸੀਗੀ ਉਹ 75 ਆ ਗਈ, ਕਿਉਂਕਿ ਬਹੁਤ ਸਾਰੇ ਕਾਰਨ ਹੈਗੇ ਹੈ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਹਾਰਟ ਦੀ ਬਿਮਾਰੀ ਕਰਕੇ ਹੁੰਦੇ ਨੇ। ਉਹ ਕਾਰਨ ਜਦੋਂ ਅਸੀਂ ਇਲੀਮੀਨੇਟ ਕਰਦੇ ਹਾਂ, ਠੀਕ ਕਰਦੇ ਹਾਂ, ਉਹਦੇ ਨਾਲ ਤੁਹਾਡੀ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ। ਅਤੇ ਤੁਸੀਂ ਧਿਆਨ ਰੱਖਿਓ ਦੋਸਤੋ, ਇਹ ਇੱਕ ਬਹੁਤ ਵੱਡਾ ਗੋਰਖ ਧੰਦਾ ਹੈ, ਆਪਾਂ ਤੁਹਾਡੇ ਲੱਖੋ ਲੱਖ 5-5 ਲੱਖ ਰੁਪਏ ਬਚਾਵਾਂਗੇ। ਇੱਕ ਇੱਕ ਸਰਜਰੀ 'ਤੇ 3-5 ਲੱਖ ਰੁਪਏ ਲੱਗਦੇ ਆ ਬਾਈਪਾਸ ਸਰਜਰੀ 'ਤੇ, ਅਤੇ 3 ਮਹੀਨੇ ਬੈੱਡ ਰੈਸਟ ਜਿਹੜਾ ਕਿ ਕੋਈ ਨਹੀਂ ਦੇਖਦਾ, ਉਹ ਵੀ ਬਚ ਜੂਗਾ, ਮਗਰ ਸਾਥ ਦੇਣ ਦੀ ਲੋੜ ਹੈ। ਮੈਂ ਤੁਹਾਨੂੰ ਇੱਕ ਹੋਰ ਪੁੱਛਣਾ ਚਾਹੂੰਗਾ, ਤੁਸੀਂ ਕਹਿੰਦੇ ਵੀ 100% ਬਲੋਕੇਜ ਹੋਣ ਤੋਂ ਬਾਅਦ ਵੀ, ਇਹ 100% ਬਲੋਕੇਜ ਹੋਊਗੀ ਤਾਂ ਹਾਰਟ ਕੰਮ ਕਿਸ ਤਰ੍ਹਾਂ ਕਰਦਾ? ਇਹ ਬੜਾ ਵਧੀਆ ਕੁਐਸਚਨ ਪੁੱਛ ਲਿਆ। ਜਦੋਂ 100% ਬਲੋਕੇਜ ਹੁੰਦੀ ਹੈ ਨਾ ਦੋਸਤੋ, ਇੱਕ ਸਿੰਪਲ ਜਿਹਾ ਉਦਾਹਰਨ ਦਿੰਦਾ, ਜਿੱਦਾਂ ਹੁਣ ਹਾਈਵੇ 'ਤੇ ਤੁਸੀਂ ਚੱਲੇ ਆ ਰਹੇ ਹੋ, ਸਾਹਮਣੇ ਦਿਖਦਾ ਟ੍ਰੈਫਿਕ ਜਾਮ, ਤਾਂ ਕੀ ਹੁੰਦਾ ਹੈ, ਤੁਸੀਂ ਪਿੰਡਾਂ 'ਚੋਂ ਨਿਕਲ ਕੇ ਦੂਜੇ ਸਾਈਡ 'ਤੇ ਆ ਜਾਂਦੇ ਹੋ। ਉੱਦਾਂ ਹੀ ਸਾਡੇ ਹਾਰਟ ਦੇ ਵਿੱਚ ਇੱਦਾਂ ਦੀ ਸਰਕੂਲੇਸ਼ਨ ਰੱਬ ਨੇ ਬਣਾਈ ਹੈ ਕਿ ਕੋਲੈਟਰਲ ਸਰਕੂਲੇਸ਼ਨ ਕਹਿੰਦੇ ਆ, ਉਹਦੇ 'ਚ ਹਾਰਟ 'ਚ ਬਰੀਕ ਬਰੀਕ ਨਾੜੀਆਂ ਨੇ ਜਿਹੜੀਆਂ ਕਿ ਖੂਨ ਨੂੰ ਦੌਰਾ ਪੂਰਾ ਕਰ ਦਿੰਦੀਆਂ ਹੈ, ਜਿਹਦੇ ਨਾਲ ਹਾਰਟ ਮਸਲ ਨੂੰ ਤਾਕਤ ਮਿਲ ਜਾਂਦੀ ਹੈ ਅਤੇ ਉਹ ਕੰਮ ਕਰਦੀ ਰਹਿੰਦੀ ਹੈ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਮੇਨ ਰਸਤੇ ਰੱਬ ਦੀ ਬਣਾਈ ਹੋਈ ਨੀਅਤ ਹੈ, ਮੇਰੀ ਕੁਛ ਨਹੀਂ ਹੈ, ਇਹ ਰੱਬ ਨੇ ਬਣਾਈ ਹੈ ਕਿ ਤੁਹਾਨੂੰ ਇਹ ਵੀ ਰਸਤਾ ਹੈਗਾ ਹੈ। 100% ਬਲੋਕੇਜ ਹੋਣ ਤੋਂ ਬਾਅਦ ਜਿਹੜੇ ਸਾਈਡ ਤੋਂ ਹੋਰ ਜਿਹੜੀਆਂ ਵੇਨ ਜਾ ਰਹੀਆਂ ਨੇ ਨਾੜੀਆਂ ਜਿਹੜੀਆਂ ਉਹ ਉਹਦੇ ਵਿੱਚ ਖੁੱਲ ਜਾਂਦੀਆਂ, ਹਾਂ ਉਹ ਖੁੱਲ ਜਾਂਦੀ ਹੈ, ਜਿਹਦੇ ਕਰਕੇ ਕੋਲੈਟਰਲ ਸਰਕੂਲੇਸ਼ਨ ਕਹਿੰਦੇ ਆ ਇਹਨੂੰ। ਤੇ ਡਾਕਟਰ ਤੁਹਾਨੂੰ ਕਹਿੰਦੇ ਫੇਰ ਵੀ ਕਹੇਗਾ ਸਟੰਟ ਪਵਾ ਲਓ, ਆਪਾਂ ਸਟੰਟ ਪਵਾਉਣਾ ਚਾਹੁੰਦੇ ਹਾਂ ਤਾਂ ਪਵਾ ਲਿਓ, ਮਗਰ ਇਹ ਤੁਹਾਡੇ ਪੈਸੇ ਦੀ ਵੀ ਬਚਤ ਹੈ ਅਤੇ ਸਰਜਰੀ ਦੀ ਵੀ ਬਚਤ ਹੈ। ਤੁਸੀਂ ਇਹ ਦੇਖੋ, ਸਰੀਰ ਬਹੁਤ ਵੱਡੀ ਚੀਜ਼ ਹੈ, ਜਿੰਨੀਆਂ ਗਲਤ ਚੀਜ਼ਾਂ ਤੁਸੀਂ ਅੰਦਰ ਪਾਈ ਜਾਓਗੇ ਉਹਨਾਂ ਦੇ ਸਾਈਡ ਇਫੈਕਟ ਕੱਲ੍ਹ ਨੂੰ ਹੀ ਪਤਾ ਚੱਲਣਗੇ। ਅਤੇ ਇਸ ਕਰਕੇ ਜੜੀ ਬੂਟੀਆਂ ਜਿਹੜੀ ਕਿ ਹੁਣ ਜਿਹੜੀ ਬਾਅਦ 'ਚ ਗੱਲ ਤੁਸੀਂ ਪਿਛਲੀ ਵਾਰੀ ਵੀ ਕੀਤੀ ਸੀ, ਕਈ ਐਲੋਪੈਥਿਕ ਡਾਕਟਰ ਕਹਿਣਗੇ ਤੁਹਾਡੀਆਂ ਜੜੀਆਂ ਬੂਟੀਆਂ ਖਾ ਕੇ ਹਾਰਟ ਕਿਡਨੀ ਖਰਾਬ ਹੋ ਜਾਊਗੀ, ਇਹ ਕਦੀ ਹੁੰਦੀ ਹੈ ਗੱਲ? ਮੈਂ ਪਿਛਲੀ ਵਾਰੀ ਵੀ ਦੋਸਤੋ ਦੱਸੀ ਸੀ ਤੁਹਾਨੂੰ ਵੀਡੀਓ 'ਚ ਕਿ ਅੱਜ ਤੁਸੀਂ ਇੰਨੇ ਸਾਲ ਹੋ ਗਏ, 50 ਸਾਲ ਹੋ ਗਏ ਤੁਹਾਨੂੰ ਹਲਦੀ ਖਾਂਦੇ ਹੋਏ, ਤੁਹਾਨੂੰ ਅੱਜ ਤੱਕ ਕੁਛ ਹੋਇਆ? ਤੁਸੀਂ ਗਾਜਰ ਵੀ ਖਾ ਰਹੇ ਹੋ, ਮੂਲੀ ਵੀ ਖਾ ਰਹੇ ਹੋ, ਤੁਲਸੀ ਦੇ ਪੱਤੇ ਵੀ ਖਾਂਦੇ ਹੋ, ਕੀ ਹੋਇਆ ਕੁਛ? ਨਾ। ਇਹ ਦੋਸਤੋ ਸਮਝਣ ਵਾਲੀ ਗੱਲ ਹੈ, ਜੜੀ ਬੂਟੀਆਂ ਕਿਸੇ ਦੀ ਰੂਟ ਹੈ, ਕਿਸੇ ਦਾ ਪੱਤਾ ਹੈ, ਕਿਸੇ ਦੀ ਜੜ੍ਹ ਹੈ।
ਇਹ ਤੁਹਾਨੂੰ ਸਮਝਣਾ ਪਏਗਾ ਕਿ ਜਿਹੜੀ ਬੂਟੀਆਂ ਸਾਡੇ ਸਰੀਰ ਦੇ ਵਾਸਤੇ ਹੀ ਬਣੀਆਂ ਤੇ ਸਾਡੇ ਸਰੀਰ ਨੂੰ ਕੋਈ ਸਾਈਡ ਇਫੈਕਟ ਨਹੀਂ ਦਿੰਦੇ, ਤੁਹਾਡੀ ਕੋਈ ਕਿਡਨੀ ਖਰਾਬ ਨਹੀਂ ਹੋਏਗੀ, ਮੈਂ ਤੁਹਾਨੂੰ ਆਸ਼ਵਸਤ ਕਰਨਾ, ਗਰੰਟੀ ਦਿੰਦਾ ਤੁਹਾਡੀ। ਮਗਰ ਇਹ ਹੈ ਕਿ ਸਹੀ ਬੰਦੇ ਤੋਂ ਚੀਜ਼ ਲੈਣਾ ਹੀ ਜਾ ਕੇ। ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਕੋਲ ਆਓ, ਮੈਂ ਇਹ ਕਹਿੰਦਾ ਕਿ ਇੱਕ ਰਜਿਸਟਰਡ ਆਯੁਰਵੈਦਿਕ ਪ੍ਰੈਕਟੀਸ਼ਨਰ ਕੋਲ ਜਾਓ, ਜਿਹੜਾ ਕਿ ਵਧੀਆ, ਜਿਹਨੂੰ ਵਧੀਆ ਨੌਲੇਜ ਹੋਵੇ, ਜਿਹੜਾ ਕਿ ਤੁਹਾਡੀ ਮਰਜ਼ ਨੂੰ ਠੀਕ ਕਰ ਸਕੇ। ਇਹ ਸਭ ਤੋਂ ਵੱਡੀ ਗੱਲ ਹੈ। ਤੁਹਾਡਾ ਠੀਕ ਹੋਣਾ ਹੀ ਮੇਰੇ ਲਈ ਇੱਕ ਸਭ ਤੋਂ ਵੱਡਾ ਗਿਫਟ ਹੈ। ਹਾਰਟ ਪੇਸ਼ੈਂਟ ਲਈ ਅੱਜ ਦੀ ਇਹ ਵੀਡੀਓ ਇੱਕ ਵਾਰੀ ਫੇਰ ਵਰਦਾਨ ਹੋਣ ਵਾਲੀ ਹੈ। ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਪਹੁੰਚਾਉਣੀ ਹੈ ਜਿਸ ਦੇ ਕਾਰਨ ਹੋਰ ਵੀ ਲੋਕਾਂ ਦਾ ਫਾਇਦਾ ਹੋ ਸਕੇ। ਸਾਡਾ ਕੰਮ ਹੈ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾਉਣਾ, ਔਰ ਤੁਹਾਡਾ ਕੰਮ ਹੈ ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਦੇਣਾ, ਤਾਂ ਜੋ ਕੋਈ ਵੀ ਰੋਗੀ, ਕਿਸੇ ਵੀ ਤਰ੍ਹਾਂ ਦਾ ਰੋਗੀ ਹੋਵੇ, ਸਾਨੂੰ ਦੱਸ ਸਕੇ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਰੋਗ ਦੇ ਉੱਪਰ ਅਸੀਂ ਵੀਡੀਓ ਬਣਾ ਕੇ ਦੇਈਏ। ਅਸੀਂ ਇਹ ਸੇਵਾ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਰਹਾਂਗੇ। ਤੁਸੀਂ ਦੇਖ ਰਹੇ ਹੋ ਡਿਜੀਟਲ ਪੰਜਾਬ ਲਾਈਵ, ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।